हाँ जी, ये आगे सोलर पैनल ए हैगी है। केड़ा हाईवे है? एक तरह का तुम कह सकते हो नैरो नहर राह जाता दुराहे नू, दिल्ली हाईवे कह लो इन, एक तरह का उत्थे बने सोलर पैनल। काफ़ी वड्डी लाइन है ये, काफ़ी ज़्यादा लगे हुए हैं बिजली लाइन। अज तो है ही नहीं, अज मौसम ही बड़ा गंदा जहा होया पाया, डस्टी मौसम है अज तक। आ देखो मौसम गंदा जहा, अज डस्टी शीशा साफ करता। चलो वधिया, आहो गंदा तो हो ही जाना, मीह पैंदा पिया माड़ा माड़ा, कई फिर बिच हो जाता शुरू। चलो जी तुम दसते हैं कितने चले। डींगा नहीं होता, डींगा होता। सो अज असी चले हाँ दुराहे वाले मंजी साहब के नाल चले हैं। आप कि भीरे कितने चले हैं? और उतो किला जिथे रंग दे बसंती मूवी शूट हुई थी ना। अच्छा, जिथे रंग दे बसंती मूवी शूट हुई थी असी चले हाँ वो किला। सो वेलकम बैक टू द चैनल गाइस, होप तुम सारे कैंट होवोगे तो सेफ होवोगे। पहली गल वेल किला नहीं होंगे, किला होंगे। ओके जी ओके, हो तुम सारे कैंट होवोगे, कैंट होवोगे कि होवोगे तो घर ठीक होवोगे। सो चलते हैं हम, अपना घरों तो निकल चुके सीगे, हाईवे ते हैगे आ पहुंचने वाले हैं, बस पहुंचते हैं अगे देखते हैं। मौसम अज गंदा जहा बनया हो बट ठीक है, वधिया गर्मी नहीं हैगी, वधिया बनया हो मौसम बार। चलो भीरे चलिए। मेरी तो इन्होंने सारी नींद खराब करती है, एडी छेती उठा दो मैंने पहली बार। पहली बार उठना तो पैना भीरे, पहली बार नहीं मैं सो। इतों भी दिखा दें, उधर भी दिखा दें। सो जी आ रहा सामने मंजी साहब, दराहे वाला मंजी साहब, तुम शायद दिखता हो ने जाके भी दिखावे। आ राइट साइड से अगे मनी फिर सो गया, गड्डी च बह के सो जाता वा। आ रहा जी राइट साइड मंजी साहब, यदि बैक साइड से किला इधर वाली साइड दिखा, पीछे उधर वाली साइड। मौसम वाले फिर कैंट बने हुए इधर, पहला कहता डस्ट है हुन कहता कैंट। चलो जी चलते हैं आगे, घर पीछे चलते हैं, किले च भी चलेंगे, इतों दिखना नहीं है। ਰੇਗ ਜੀ ਦੱਸ ਕੇ ਕਰਨੀ ਆ ਫਿਰ ਫਾਇਦਾ ਕੀ ਆ ਮਣੀ। ਸੋ ਆ ਬਾਈ ਉਹ ਕਿਲੇ ਨੂੰ ਰਸਤਾ ਇਧਰ ਹੀ ਜਾਂਦਾ ਸਿੱਧਾ ਹੀ ਕਿਲੇ ਨੂੰ? ਹਾਂਜੀ ਆ ਰੇ ਵੀਰੇ ਇਧਰ ਹੀ ਆਓ, ਉਹ ਤੋਂ ਜੀ ਆ ਕੇ ਉਹ ਮਾੜਾ ਜਿਹਾ ਮੋੜ ਮੋੜ ਕੇ ਉਹ ਸਿੱਧਾ ਉੱਥੇ ਹੀ ਜਾਂਦਾ। ਕੀ ਧੰਨਵਾਦ ਜੀ। ਹਾਂਜੀ ਇਧਰ ਹੀ ਮਾੜਾ ਜਿਹਾ ਮੋੜ ਮੋੜ ਕੇ। ਹਾਂਜੀ ਪਿੰਡ ਚੋ ਰਸਤਾ ਜਾਂਦਾ ਕਿਲੇ ਵੱਲ ਨੂੰ, ਕਿਲਾ ਉਧਰ ਹੈ ਤੇ ਕਿਲੇ ਵੱਲ ਚੱਲਦੇ ਆ। ਮੰਜੀ ਸਾਹਿਬ ਵੀ ਉਧਰ ਨੂੰ ਹੀ ਹੈ, ਚੱਲਦੇ ਆ ਜੀ। ਪਹਿਲਾਂ ਕਿੱਥੇ ਜਾਣਾ? ਪਹਿਲਾਂ ਕਿਲੇ ਵੱਲ ਹੀ ਆਏ ਆ ਤੇ ਕਿਲੇ ਵੱਲ ਹੀ ਜਾਵਾਂਗੇ। ਚਲੋ ਫਿਰ ਕਿਲੇ ਵੱਲ। ਉਹ ਰਿਹਾ ਕਿਲਾ, ਭੱਜ ਲੋ ਉਹ, ਭੱਜ ਲੋ ਨਹੀਂ ਚੱਲ ਭੱਜ ਲੈ, ਭੱਜ ਕੇ ਚੱਲ ਜਾ ਖੇਤਾਂ ਚੋਂ ਵੜ ਜਾ ਜਲਦੀ। ਉੱਥੇ ਹੁਣ ਕੋਈ ਨਾਲੇ ਚੱਕਰ ਵੀ ਹੈ ਨਾ, ਪੁਲਿਸ ਪੁਲਿਸ ਕੱਟ ਜਾਣ ਦਿੰਦੀ ਹੈ, ਪੁਲਿਸ ਖੜੀ ਹੁੰਦੀ ਉੱਥੇ। ਹੁਣ ਕੀ ਚੱਕਰ ਕੀ ਉੱਥੇ ਪਤਾ ਨਹੀਂ, ਜਾ ਕੇ ਦੇਖਦੇ ਜਾਣ ਦਿੰਦੇ ਕਿ ਨਹੀਂ ਜਾਣ ਦਿੰਦੇ। ਚਲੋ ਮੌਸਮ ਦੇਖੋ ਜੀ, ਮੌਸਮ ਮੌਸਮ ਹੁਣ ਦੇਖੋ, ਮੌਸਮ 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 ਵੱਡਾ ਬੱਦਲ ਆ ਵੀਰੇ ਹਨਾ, ਮੌਸਮ ਬਾਹਲਾ ਹੀ ਗੰਦਾ ਜਿਹਾ ਬਣਿਆ ਹੋਇਆ, ਗੰਦਾ ਜਿਹਾ ਆ ਰਿਹਾ ਜੀ ਕਿਲਾ ਵੀ, ਆ ਰਿਹਾ ਕਿਲਾ ਅਤੇ ਆ ਰਿਹਾ ਮੰਜੀ ਸਾਹਿਬ ਇੱਧਰ। ਅਸੀਂ ਆਏ ਹਾਂ ਹਾਈਵੇ ਤੋਂ ਅੰਦਰ ਅੰਦਰ, ਆ ਰਿਹਾ ਕਿਲਾ ਤਾਂ ਐਂ ਲੱਗਦਾ ਮਹਿਲ ਮੂਹ ਲੱਗ ਜਾਂਦਾ ਹੁੰਦਾ। ਆ ਗਿਆ ਜੀ ਕਿਲਾ, ਛੋਟੀ ਵਾਲੀ ਕਹਿ ਰਹੇ ਜੀ, ਇੰਨੀ ਵੱਡੀ ਵਾਲੀ ਨਹੀਂ ਕਹਿ ਰਿਹਾ ਹੈਗਾ, ਟੱਪੀ ਜਾਣੀ ਇਹਦਾ ਵੱਡੀ ਬਹੁਤ ਹੈ। ਹਾਂਜੀ ਕਿਲੇ ਦੇ ਬਾਹਰ ਤਾਂ ਖੜ੍ਹੇ ਹਾਂ, ਕਿਲੇ ਦੇ ਲੱਗਾ ਲੋਕ ਅਤੇ ਪੁਲਿਸ ਵਾਲਾ ਦਾ ਕੋਈ ਦਿਖਦਾ ਨਹੀਂ ਪਿਆ ਹੈਗਾ ਕਿ ਹੋਵੇ ਕਿ ਪੁੱਛ ਲਈ ਅੰਦਰ ਜਾ ਸਕਦੇ ਆ ਨਹੀਂ। ਓਏ ਯਾਰ ਹਰਮਨ ਇੱਧਰ ਦੇ, ਗੱਲ ਸੁਣ, ਇੱਕ ਸਿੰਪਲ ਗੱਲ ਦੱਸਦਾ, ਇੱਧਰ ਆਓ। ਟੱਪ ਕੇ ਜਾਏਗਾ ਨਾ ਕਾਕਾ, ਪੁਲਿਸ ਵਾਲੇ ਨਹੀਂ ਛੱਡਣੇ ਆ ਡੰਡੇ। ਇੱਧਰ ਪੈਰ ਰੱਖੋ, ਚਲੋ ਟੱਪ ਜਾਓ। ਉਰੇ ਕਿਉਂ ਰੱਖੋ ਫਿਰ, ਉਹ ਗੇਟ 'ਤੇ ਰੱਖ ਲਾ, ਉੱਧਰ ਆਸਾਨ ਨਹੀਂ ਹੋਊਗਾ? ਉੱਧਰੋਂ ਵੀ ਆਸਾਨ ਹੀ ਹੋਊਗਾ, ਫਿਰ ਟੱਪ ਜਾ, ਟੱਪੇ ਨਹੀਂ ਜਾਣਾ, ਟੱਪ ਜਾ। ਚੱਲ ਹੋਰ
ਬੱਦਲ ਦੀ ਬਾਤ ਇੱਥੇ ਹੋਈ ਆ ਵੀਰੇ ਰੰਗ ਦੇ ਬਸੰਤੀ ਸ਼ੂਟ ਲੱਗਦਾ ਤਾਂ ਹੈ ਨੀ ਖਾਣ ਜਿੱਦਾਂ ਖਾਲੀ ਪਿਆ ਬੰਦ ਕੀਤਾ ਨਾ ਤੇ ਪਤਾ ਨਹੀਂ ਦਰਖਾਂ ਬੜੀਆਂ ਹੋਣ ਲੱਗ ਗਿਆ ਸੀਗੀਆਂ ਉਹ ਮੈਂ ਕਿ ਸਾਰੇ ਸੁਸਾਈਡ ਹੋ ਜਾਂਦੇ ਸੀ ਕੋਈ ਮਾਰ ਕਤਲ ਕੁਤਲ ਕਰ ਦਿੰਦਾ ਸੀ ਤਾਂ ਕਰਕੇ ਫਿਰ ਇੱਥੇ ਇਹਨਾਂ ਨੇ ਬੰਦ ਕਰ ਦਿੱਤਾ ਹੁਣ ਪੁਲਿਸ ਖੜਦੀ ਅੱਜ ਪੁਲਿਸ ਹੈ ਨਹੀਂ ਯਾਰ ਕਿ ਲੋਕ ਲੱਗੇ ਹੋਏ ਨੇ ਲੋਕ ਪਤ ਨਾਲ ਹੀ ਕਰੰਟ ਲੱਗਦਾ ਤੁਸੀਂ ਫਿਰ ਇੰਨੀ ਡਰਾਉਣੀ ਜਗ੍ਹਾ 'ਤੇ ਲੈ ਕੇ ਕਿਉਂ ਆਏ ਹੋ ਮੌਸਮ ਦਾ ਵੀ ਆਏ ਜੇ ਮੌਤਾਂ ਆਈਆਂ ਤਾਂ ਡਰਾਉਣੀ ਨਹੀਂ ਹੋ ਗਈ ਬਣੀ ਮੀਂਹ ਵੀ ਤੇਜ਼ ਹੋ ਗਿਆ ਮੀਂਹ ਤੇਜ਼ ਹੋ ਗਿਆ ਆ ਪੁੱਠੇ ਪੰਗੇ ਲੈਣ ਨੂੰ ਆ ਗਏ ਮੀਂਹ ਪੈਂਦਾ ਪਿਆ ਤੇਜ਼ ਹੁਣ ਉਹਦੀ ਦੀਵਾਰ 'ਤੇ ਚੜ੍ਹ ਕੇ ਬਹਿ ਗਿਆ ਮੈਂ ਮੀਂਹ ਬੜਾ ਤੇਜ਼ ਮੱਥੇ 'ਤੇ ਵੱਜਦੀਆਂ ਕਣੀਆਂ ਬਹੁਤ ਦੇਖੀ ਪੁਲਿਸ ਆ ਗਈ ਨਾ ਛੱਤਰ ਦੇ ਇੰਨੇ ਪੈਣੇ ਆ ਉਹਦੇ ਕੋਲ ਗੱਡੀ ਸਟਾਰਟ ਰੱਖੋ ਤੁਸੀਂ ਫਿਰ ਬਚਣ ਨੂੰ ਤਿਆਰ ਰਵਾਂਗੇ ਬਾਰਿਸ਼ ਦੇ ਕਿੱਡੀ ਤੇਜ਼ ਹੋ ਗਈ ਬਾਰਿਸ਼ ਤੇਜ਼ ਹੋ ਗਈ ਬਾਰਿਸ਼ ਤੇਜ਼ ਦੇ ਕੀ ਸਾਦੇ ਮੋਟੀ ਮੋਟੀ ਮੈਂ ਤਾਂ ਅੰਦਰ ਇੱਕ ਕਿਹੜੀ ਤਾਂ ਮਾਰ ਗਿਆ ਕੋਈ ਭੂਤ ਭੂਤ ਮਿਲ ਜੇ ਤੈਨੂੰ ਅੰਦਰ ਲਾਏ ਟੱਪ ਆਏ ਟੱਪਦੇ ਆ ਚੱਲਦੇ ਆ ਜਾਂ ਮਾਰ ਗਿਆ ਠਾਲ ਜਾ ਅੰਦਰ ਵੜ ਜਾ ਹੁਣ ਕੀ ਕਰੀਏ ਵੀਰ ਵਾਂਗੂ ਦੋਸਤ ਨਹੀਂ ਹੈਗੇ ਨੇ ਤਾਂ ਇਦਾਂ ਦੀ ਖੱਪ ਪਾ ਕੇ ਆਈਏ ਅੰਦਰ ਜਾ ਕੇ ਜਾ ਇੱਕ ਵਾਰ ਜਾ ਟਰਾਈ ਤਾਂ ਕਰ ਮੈਂ ਕੋਈ ਨਹੀਂ ਮੈਂ ਗੱਡੀ ਲੈ ਕੇ ਚੱਲ ਜਾਗਾ ਤੇ ਤੈਨੂੰ ਫੜ ਲੈਣਗੇ ਰਾਮ ਨਾਲ ਆ ਜਾਂਗੇ ਉਧਰੋਂ ਗੇਟ ਤੋਂ ਤਾਂ ਚਲੋ ਚਲੀਏ ਹੁਣ ਗਾਈਸ ਟੱਪ ਕੇ ਅੰਦਰ ਆ ਗਏ ਆ ਹੁਣ ਦੇਖਦੇ ਆ ਸੂਚਨਾ ਲਿਖੀ ਹੋਈ ਆ ਇੱਥੇ ਪੁਲਿਸ ਵਾਲਾ ਨਹੀਂ ਉਹ ਹੈਗਾ ਤਾਂ ਹੈ ਨਹੀਂ ਗਾ ਕੋਈ ਦੇਖਦੇ ਆ ਅੰਦਰ ਸੂਚਨਾ ਫਟੀ ਹੋਈ ਆ ਓਏ ਫੋਟੋ ਖਿੱਚਣਾ ਮਨਾ ਇੱਧਰ ਆਇਆ ਜ਼ਿਆਦਾ ਦੂਰ ਨਹੀਂ ਜਾਣਾ ਹੈਗਾ ਕੁਛ ਪਤਾ ਨਹੀਂ ਹੈ ਪੁੱਠੇ ਪੈਰਾਂ ਵਾਲੀ ਆ ਜੇ ਦੇਖ ਲਓ ਖਾਲੀ ਪਿਆ ਕੁਛ ਨਹੀਂ ਹੈਗਾ ਪੁਰਾਣ ਕਿਲਾ ਖਾਲੀ ਪਿਆ ਪੁਲਿਸ ਵਾਲਾ ਵੀ ਨਹੀਂ ਹੈਗਾ ਅੱਜ ਮੇਰੇ ਖਿਆਲ ਮੌਸਮ ਖਰਾਬ ਕਰਨ ਪੁਲਿਸ ਵਾਲਾ ਹੈ ਨਹੀਂ ਕਰਦੀ ਕਬੂਤਰ ਹੀ ਨੇ ਬਸ ਜਿਹਨੇ ਦਿਖਦੇ ਪਏ ਨੇ ਹੋਰ ਕੁਛ ਵੀ ਨਹੀਂ ਹੈਗਾ ਇੱਧਰ ਉਹ ਖੜਾ ਵੀਰਾ ਬਾਹਰ ਚਲੋ ਜੀ ਚਲੀਏ ਮੈਨੂੰ ਡਰ ਲੱਗਦਾ ਜੀ ਅੰਦਰ ਤਾਂ ਜਾ ਆਏ ਮੈਂ ਤੇ ਮਨੀ ਟੱਪ ਕੇ ਜਾ ਆਏ ਉੱਤੋਂ ਮੀਂਹ ਪੈਣ ਲੱਗ ਗਿਆ ਤੇਜ਼ ਆ ਦੇਖੋ ਮੀਂਹ ਪੈਣ ਲੱਗ ਗਿਆ ਉੱਤੋਂ ਆਪਾਂ ਗਿੱਲੇ ਹੋ ਗਏ ਆ ਗਏ ਮੈਂ ਮਨੀ ਦੋਵੇਂ ਗਿੱਲੇ ਹੋ ਗਏ ਆ ਗਏ ਦੇਖੋ ਟੀ ਸ਼ਰਟ ਗਿੱਲੀ ਆ ਤੁਹਾਨੂੰ ਦੇਖਦੀ ਹੋਊਗੀ ਵੀਰਾ ਵੀ ਗਿੱਲਾ ਹੋ ਗਿਆ ਉੱਤੋਂ ਉੱਤੇ ਉੱਤੇ ਸਾਵਧਾਨ ਲਿਖਿਆ ਹੋਇਆ ਕੰਧ ਟੱਪ ਕੇ ਨਹੀਂ ਕਿਸੇ ਨੇ ਆਉਣਾ ਹੈਗਾ ਨਾ ਕੋਈ ਫੋਟੋਗ੍ਰਾਫੀ ਅਲਾਊਡ ਸਪੈਸ਼ਲ ਨਹੀਂ ਉੱਥੇ ਕੰਧ ਟੱਪਣਾ ਵੀ ਮਾੜਾ ਲਿਖਿਆ ਹੋਇਆ ਸੀ ਅਸੀਂ ਟੱਪ ਆਏ ਹੁਣ ਮੈਂ ਪਾ ਦਿੱਤਾ ਵੀਡੀਓ ਤੁਸੀਂ ਦੋਨਾਂ ਨੇ ਆਣਾ ਮੇਰੀ ਵੀਡੀਓ ਨਾ ਬਣਾਓ ਸੋ ਜੀ ਮੀਂਹ ਬਹੁਤ ਤੇਜ਼ ਹੋ ਰਿਹਾ ਹੋਇਆ ਪਿਆ ਤੇ ਕੀ ਹੋ ਗਿਆ ਮੇਰੀ ਆਵਾਜ਼ ਆ ਹੁਣ ਜੀ ਮੀਂਹ ਬਹੁਤ ਤੇਜ਼ ਆ ਤੁਸੀਂ ਆਵਾਜ਼ ਸੁਣ ਨਹੀਂ ਸਕਦੇ ਹੋ ਗੱਡੀ 'ਚੋਂ ਕਿੰਨੀ ਆਵਾਜ਼ ਆਉਂਦੀ ਹੋਈ ਆ ਅਤੇ ਉਹ ਰਿਹਾ ਸਾਹਮਣੇ ਕਿਲ੍ਹਾ ਅਸੀਂ ਆਏ ਸੀ ਪਿੰਡ 'ਚ ਇਹਦਾ ਰਾਹ ਪਿੰਡ 'ਚੋਂ ਕਿਤੇ ਘੁੰਮ ਕੇ ਹੈਗਾ ਵਾ ਅਤੇ ਆਏ ਸੀਗੇ ਅਤੇ ਅੰਦਰ ਜਦ ਹੀ ਆਪਾਂ ਗਏ ਮੈਂ ਅਤੇ ਮਨਕੀਰਤ ਸਾਹਿਬ ਨਾਲ ਹੀ ਮੀਂਹ ਤੇਜ਼ ਹੋ ਗਿਆ ਆਪਾਂ ਟੱਪ ਕੇ ਮਸਾਂ ਬਾਹਰ ਆਏ ਅਤੇ ਹੁਣ ਚੱਲੇ ਹਾਂ ਜੀ ਉਹ ਵੀ ਕਹਿਣ ਦਾ ਮਤਲਬ ਮੀਂਹ 'ਚ ਅੰਦਰ ਤਾਂ ਕੁਛ ਵੀ ਨਹੀਂ ਸੀ ਤੁਹਾਨੂੰ ਦਿਖਾਇਆ ਵੀਰਾਨ ਖਾਲੀ ਪਿਆ ਖਾਲੀ ਮਨੀ ਕਹਿੰਦਾ ਅੱਗੇ ਤੱਕ ਜਾ ਕੇ ਆਉਂਦੇ ਹਾਂ ਮੈਂ ਕਿਹਾ ਨਾ ਜੀ ਨਾ ਏਡਾ ਏਡਾ ਰਿਸਕ ਨਹੀਂ ਲੈਣਾ ਹੈਗਾ ਹੋਰ ਨਹੀਂ ਤਾਂ ਹਿੱਲ ਉੱਥੇ ਬਹਿ ਜਾਣਾ ਪੈ ਜਾਣਾ ਸੀਗਾ ਉੱਤੋਂ ਭੂਤ ਆ ਗਿਆ ਚਿਮੜ ਜਾਣਾ ਸੀ ਤੁਹਾਨੂੰ ਤਾਂ ਅੱਛਾ ਦੇਖ ਸਕਦੇ ਹੋ ਕਿਲੇ ਦੀ ਕੰਧ ਕਿੰਨੀ ਉੱਚੀ ਆ ਕਿ ਬੰਦਾ ਟੱਪ ਨਹੀਂ ਸਕਦਾ ਕੋਈ ਵੀ ਚਲੋ ਜੀ ਹੁਣ ਚੱਲਦੇ ਹਾਂ ਮੰਜੀ ਸਾਹਿਬ ਮੱਥਾ ਟੇਕਦੇ ਹਾਂ ਫਿਰ ਚੱਲਦੇ ਹਾਂ ਜੀ ਘਰੇ ਚਲੋ ਜੀ ਬਾਬਾ ਜੀ ਕੋਲ ਵੀ ਜਾਏ ਜੀ ਦਰਸ਼ਨ ਕਰ ਆਈਏ ਰਾਹ ਪਾਵਾਂਗੇ ਉਹ ਤਾਂ ਅੰਦਰ ਹੀ ਗੱਡੀ ਖੜਾਉਣੀ ਉਹ ਟੈਨਸ਼ਨ ਨਾ ਲੈ ਤੂੰ ਅਤੇ ਹੁਣ ਅਸੀਂ ਉੱਧਰੋਂ ਕਿਲੇ ਤੋਂ ਵਿਹਲੇ ਹੋ ਗਏ ਅਤੇ ਚੱਲ ਪਏ ਹਾਂ ਮੰਜੀ ਸਾਹਿਬ ਨੂੰ ਆਹ ਸਾਹਮਣੇ ਆ ਗਿਆ ਹਾਈਵੇ ਮਾੜਾ ਜਿਹਾ ਜੀ ਇੱਧਰ ਨੂੰ ਜਾਣਾ
ਇਧਰ ਨੂੰ ਜਾ ਕੇ ਹੀ ਮੰਜੀ ਸਾਹਿਬ ਹੈ ਹੁਣ ਮੀਂਹ ਕਰਨ ਤੁਹਾਨੂੰ ਸਾਫ ਦੇਖਦੀ ਨਹੀਂ ਹੋਊਗੀ ਵੀਡੀਓ ਖੱਬੇ ਲੁਧਿਆਣੇ ਸੱਜੇ ਖੰਨਾ ਦਿੱਤੀ ਆਪਾਂ ਬਸ ਇੱਧਰ ਹੀ ਜਾਣਾ ਆਪਾਂ ਲੁਧਿਆਣੇ ਜਾਣਾ ਟੈਂਸ਼ਨ ਨਹੀਂ ਲੈਣੀ ਆਪਾਂ ਆ ਰਿਹਾ ਜੀ ਮੰਜੀ ਸਾਹਿਬ ਚਲੋ ਜੀ ਚੱਲਦੇ ਹਾਂ ਬਾਬਾ ਜੀ ਕੋਲ ਦਰਸ਼ਨ ਕਰਨ ਆ ਗਿਆ ਜੀ ਮੰਜੀ ਸਾਹਿਬ ਚਲੋ ਚੱਲੀਏ ਅੰਦਰ ਮੀਂਹ ਪੈਂਦਾ ਪਿਆ ਗਿੱਲੇ ਅੱਗੇ ਹੋਏ ਹੋਏ ਆ ਹੋਰ ਗਿੱਲੇ ਹੁੰਦੇ ਆ ਚਲੋ ਬਾਬਾ ਜੀ ਕੋਲ ਜਾਣਾ ਫਿਰ ਤਾਂ ਕੋਈ ਅੱਜ ਰਸ਼ ਬੜਾ ਗੁਰਦਾ ਰਿਹਾ ਅੱਜ ਗੁਰਪੁਰਬ ਵੀ ਹੈ ਨਾ ਸ਼੍ਰੀ ਗੁਰੂ ਦੇ ਪਾਸੇ ਤਾਂ ਕਰਕੇ ਐਡਾ ਰਸ਼ ਅੰਦਰ ਤਾਂ ਨਹੀਂ ਵੀਡੀਓ ਬਣਾਉਣ ਦੇਣੀ ਅੰਦਰ ਹਾਂ ਰਸ਼ ਹੈ ਨਾ ਮੋਬਾਈਲ 'ਤੇ ਬਣਾ ਲਾਂਗੇ ਮਾੜੀ ਮੋਟੀ ਮੈਨੂੰ ਰਹਿਣ ਹੀ ਦਿੰਦੇ ਆ ਇੱਥੇ ਲਾ ਦਿਓ ਮੀਂਹ ਬੜਾ ਪੈਂਦਾ ਪਿਆ ਯਾਰ ਜਾਵਾਂਗੇ ਕਿੱਦਾਂ ਚਲੋ ਜੀ ਅੰਦਰ ਜੋੜੇ ਲਾਤੇ ਆ ਤੇ ਹੁਣ ਆਪਾਂ ਚੱਲਦੇ ਆ ਅੰਦਰ ਆ ਦੇਖੋ ਕਿੰਨਾ ਸੋਹਣਾ ਇੱਥੋਂ ਦਿਖਦਾ ਹੋਊਗਾ ਚੱਲਦੇ ਹੁਣ ਅੰਦਰ ਆਪਾਂ ਬਸ ਖੜਾ ਰਹਿ ਹੁਣ ਖੜਾ ਰਹਿ ਸੋ ਆਪਾਂ ਥੱਲੇ ਚਲ ਗਏ ਸੀਗੇ ਭੋਰਾ ਸਾਹਿਬ ਅਤੇ ਉੱਥੇ ਤੁਹਾਨੂੰ ਸ਼ਾਇਦ ਪਤਾ ਹੀ ਹੋਊਗਾ ਕਿ ਮਤਲਬ ਸ਼ਾਂਤੀ ਮੇਨਟੇਨ ਕਰਨੀ ਪੈਂਦੀ ਕਿ ਜ਼ਿਆਦਾ ਉੱਥੇ ਹੀ ਹੁੰਦਾ ਅਤੇ ਇਸ ਲਈ ਆਪਾਂ ਥੱਲੇ ਜਦ ਦਿਖਾਇਆ ਤੁਹਾਨੂੰ ਕੁਛ ਬੋਲੇ ਨਹੀਂ ਹੈਗੇ ਅਤੇ ਹੁਣ ਮਿਲ ਗਈ ਆ ਦੇਖਣ ਲੱਗਾ ਹੋਇਆ ਰਹਿ ਦੱਸ ਮੈਨੂੰ ਵੀਡੀਓ ਬਣਾਉਣ ਨੂੰ ਕਹਿਤੀ ਆਪ ਦੇਖਣ ਲੱਗਾ ਹੈ ਚਲੋ ਜੀ ਹੁਣ ਚੱਲਦੇ ਹਾਂ ਇਸ ਤੋਂ ਬਾਅਦ ਘਰੇ ਘਰ ਪਰ ਸਾਰਾ ਵੀਡੀਓ ਪਿੱਛੇ ਜਾਣਾ ਵੀਰੇ ਉਹ ਵੀਰੇ ਸੋ ਪਿੱਛੇ ਜਾਣਾ ਪਿੱਛੇ ਚਲੋ ਪਿੱਛੇ ਚੱਲਦੇ ਹੁਣ ਆਪਾਂ ਪਿਛਲੀ ਸਾਈਡ ਬੈਕ ਸਾਈਡ ਸੋ ਦੇਖ ਸਕਦੇ ਹਾਂ ਇੱਧਰ ਕਿੰਨਾ ਸੋਹਣਾ ਉਹ ਹੈ ਆਪਣਾ ਕੀ ਕਹਿੰਦੇ ਆ ਖੇਤ ਵਗੈਰਾ ਨੇਗੇ ਇੱਧਰ ਆਪਣੇ ਸਾਰੇ ਚਲੋ ਚਲੋ ਰੁੱਕ ਗਏ ਆ ਜਾਓ ਸੋ ਅੱਗੇ ਸਰੋਵਰ 'ਤੇ ਚੱਲਦੇ ਹੁਣ ਆ ਜਾਓ ਸੋ ਆਹ ਗੁਰਦੁਆਰੇ ਦੀ ਬੈਕ ਸਾਈਡ 'ਤੇ ਸਰੋਵਰ ਆ ਚੁੱਕਾ ਮੱਛੀਆਂ ਮੁੱਛੀਆਂ ਹੈਗੀਆਂ 'ਚ ਨਹੀਂ ਲੱਗਦਾ ਮੈਂ ਆ ਬਾਰਿਸ਼ ਦੀ ਬੂੰਦਾਂ ਡਿੱਗੀਆਂ ਮੈਂ ਕਿਤੇ ਮੱਛੀ ਦੀ ਉਹ ਮੱਛੀ ਉਹ ਮੱਛੀ ਹੈਗੀ ਹੈ ਉਹ ਅੰਦਰ ਮੱਛੀਆਂ ਹੈਗੀਆਂ ਦਿਖਦੀ ਹੋਵੇ ਸ਼ਾਇਦ ਤੁਹਾਨੂੰ ਥੋੜ੍ਹੀ ਬਹੁਤ ਅੱਗੇ ਹਾਂ ਮੱਛੀਆਂ ਹੈਗੀਆਂ ਪਰ ਮੱਛੀਆਂ ਹੈਗੀਆਂ ਉਹ ਜਾਂਦੀ ਇੱਕ ਤਾਂ ਇੱਧਰ ਮੈਨੂੰ ਦਿਖੀ ਸੀਗੀ ਹੁਣੀ ਬਲੈਕ ਕਲਰ ਦੀ ਅਤੇ ਦੋ ਤਿੰਨ ਹੈਗੀਆਂ ਮੱਛੀਆਂ ਥੋੜ੍ਹੀ ਬਹੁਤ ਹੋਣਗੀਆਂ ਵੀਰਾ ਮੈਨੂੰ ਕਹਿੰਦਾ ਸੀ ਇੱਕ ਵੀ ਨਹੀਂ ਹੈਗੀ ਪਰ ਇੱਥੇ ਹੈਗੀਆਂ ਥੋੜ੍ਹੀਆਂ ਹੋਰ ਸੋ ਮੰਜੀ ਸਾਹਿਬ ਮੱਥਾ ਡੇਕ ਲਿਆ ਅਤੇ ਆਪਾਂ ਕਿਲ੍ਹੇ ਵੀ ਜਾ ਰਹੇ ਹਾਂ ਇਹ ਤਾਂ ਡਰ ਗਿਆ ਮੈਂ ਤਾਂ ਅੱਗੇ ਜਾਣ ਨੂੰ ਤਿਆਰ ਸੀਗਾ ਵੀਰਾ ਡਰ ਗਿਆ ਮੀਂਹ ਪੈਂਦਾ ਪਿਆ ਸੀ ਮੀਂਹ ਤੋਂ ਨਹੀਂ ਤੂੰ ਕਿਹਾ ਕੁਛ ਅੱਗੇ ਹੋਊਗਾ ਭੂਤ ਭੂਤ ਇਹ ਡਰਦਾ ਬੜਾ ਹੀ ਸੋ ਚਲੋ ਹੁਣ ਆਪਾਂ ਚੱਲੇ ਹਾਂ ਦਬਾਰ ਤੋਂ ਘਰੇ ਚੱਲੇ ਹੁਣ ਆਵਾਸੀਆਂ ਲਈ ਜਾਂਦਾ ਹੈ ਦੱਸ ਗਿਆ ਜਿਹਾ ਬੰਦਾ ਆਵਾਸੀਆਂ ਲਈ ਜਾਂਦਾ ਇੰਨਾ ਥੱਕ ਗਿਆ ਇਹ ਵਿਚਾਰਾ ਕੰਮ ਕਰਕੇ ਆਇਆ ਸੋ ਜੇ ਹੁਣ ਆ ਗਏ ਹਾਂ ਜੀ ਘਰੇ ਅਤੇ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਮੈਂਟ 'ਚ ਜ਼ਰੂਰ ਦੱਸੋ ਕਿੱਦਾਂ ਦਾ ਲੱਗਾ ਵਲੌਗ ਚਲੋ ਜੀ ਚੱਲਦੇ ਹਾਂ ਹੁਣ ਕੰਮ ਕਰ ਲਈਏ ਘਰੇ ਚੱਲਦੇ ਆ ਆਪਣੇ ਕਮਰੇ 'ਚ ਹੁਣ ਘਰੇ ਹੀ ਆ ਹੁਣ ਕੰਮ ਕਰ ਲਈਏ ਕਹਿਣ ਦਾ ਮਤਲਬ ਚਲੋ ਜੀ ਬਾਏ ਬਾਏ ਟਾਟਾ ਤੁਹਾਨੂੰ ਮਿਲਦੇ ਆ ਕੱਲ੍ਹ ਦੇ ਵਲੌਗ 'ਚ ਜਾਂ ਅਗਲੇ ਵਲੌਗ 'ਚ ਜਿਹੜੇ ਮਰਜ਼ੀ ਵਲੌਗ 'ਚ ਚਲੋ ਜੀ ਬਾਏ 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 ਕਰਦੇ ਆ ਵਾਸੀਆਂ